ਜਿੱਥੇ ਜਿੱਥੇ ਸਮਾਣੇ ਵੀ ਰਹੇ ਹਾਂ ਅਸੀਂ। ਹਾਂਜੀ ਅਸੀਂ ਉਹ ਬੰਗਲੇ ਦੀ ਨੌਕਰੀ ਕਰਦਾ ਜੀ। ਬੰਗਲਾ ਪਿੰਡ ਦੇ ਕੋਲ ਹੀ ਸੀ? ਦੂਰ ਦੂਰ ਸੀ। ਅੱਛਾ ਦੂਰ ਸੀ। ਅਸੀਂ ਬਚ ਗਏ ਨੇ, ਸਾਨੂੰ ਵੱਢ ਕੇ ਕਿਸੇ ਨੇ ਨਹਿਰ ਰੋਡ ਦੇਣਾ, ਇੱਧਰ ਉਦੋਂ ਨਿਕਲ ਨਹੀਂ ਸ਼ਹਿਰ 'ਚ ਭੱਜਿਆ। ਅੰਬ ਸੀ, ਜਾਮਣ ਸੀ, ਕਮਾਲ ਕੂਦ, ਮਸੰਦਾ ਮੀਮ ਸੀ, ਨੂੰਦਾ ਵੇਖਦਾ, ਮਸੰਦਾ ਬਿਰਕਾ। ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਨਾਲ ਹੱਕ ਜਾਰੀ ਛੋਟਾ ਜਿਹਾ ਪਿੰਡ, ਇੱਕ ਬੜਾ ਨਾਲ ਮਾਨਾ ਚੱਕ ਹੈ, ਇੱਕ ਸਾਧੋ ਕੀ ਹੈ, ਇੱਕ ਬੜਾ ਪਿੰਡ ਕੜਿਆਲ ਹੈ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। ਸਲਾਮ ਅਲੈਕਮ ਬਜ਼ੁਰਗੋ। ਵਾਹ ਬਜ਼ੁਰਗੋ, ਕੀ ਨਾਮ ਹੈ ਆਪਣਾ? ਹਾਜੀ ਮੁਹੰਮਦ ਅਨਵਰ। ਹਾਜੀ ਮੁਹੰਮਦ ਅਨਵਰ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? ਅੱਲਾ ਦਾਦ। ਅਤੇ ਦਾਦਾ ਜੀ ਦਾ? ਅਹਿਮਦ ਹਸਨ। ਅਹਿਮਦ ਹਸਨ। ਕਿਹੜੀ ਬਰਾਦਰੀ ਆਪਣੀ? ਕੰਬੋ। ਮਾਸ਼ਾਅੱਲਾ ਜੀ। ਤੇ ਇਹ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛਣੀਆਂ 47 ਵੇਲੇ ਦੀਆਂ। ਤੁਹਾਡੀ ਕਿੰਨੀ ਉਮਰ ਸੀ ਜਦੋਂ ਉਜਾੜੇ ਪਏ ਨੇ? 10 ਸਾਲ। 10 ਸਾਲ ਸਹੀ ਹੋ ਗਿਆ। 22 ਜੂਨ 1937 ਦੀ ਮੇਰੀ ਪੈਦਾਇਸ਼। ਹਾਂਜੀ 22 ਜੂਨ 1937 ਦੀ। ਅੱਛਾ 37 ਦੀ। ਅਤੇ 47 ਇੱਧਰ ਆ ਗਏ। ਅੱਛਾ 10 ਸਾਲ ਉਮਰ। ਕਿਹੜਾ ਪਿੰਡ ਸੀ ਆਪਣਾ? ਮਸੀਨ ਘੜਾਮ ਸੀ। ਘੜਾਮ ਸੀ ਪਿੰਡ ਦਾ ਨਾਂ ਤੇ ਸਾਹਿਬਜੀਪੁਰ ਸੀ, ਉਹ ਛੋਟਾ ਜਿਹਾ। ਇੱਕ ਬੈਰੂ ਸੀ, ਉਹ ਵੀ ਛੋਟਾ ਜਿਹਾ ਸੀ। ਇਸ ਤਰ੍ਹਾਂ ਪਿੰਡ ਹੈਗੇ। ਅੱਛਾ ਅੱਛਾ। ਉਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਸੀ ਗੁਨੌਰ। ਗੁਨੌਰ
ਤੇ ਜ਼ਿਲ੍ਹਾ ਉਹਦਾ ਕਿਹੜਾ ਸੀ? ਰਿਆਸ ਪਟਿਆਲਾ। ਰਿਆਸ ਪਟਿਆਲਾ, ਸਹੀ ਹੋ ਗਿਆ। ਰਿਆਸਤਾਂ ਸਨ ਉੱਥੇ। ਅੱਛਾ, ਹੁਣ ਇਸ ਸਿੱਖ ਸੀ ਸਾਡਾ ਬਾਦਸ਼ਾਹ ਸਿੱਖ। ਅੱਛਾ, ਸਿੱਖ ਸੀ ਬਾਦਸ਼ਾਹ। ਇਸ ਟਾਈਮ ਕਿਹੜੇ ਪਿੰਡ 'ਚ ਬੈਠੇ ਹੋ? ਮਸੰਦਾ ਮੀਮ ਸੀ ਨੂਨ ਦਾ ਵੇਲਾ ਮਸੰਦਾ ਬਿਰਕਾ ਬਿਰਕਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਨਾਲ ਆਹ ਕਚਿਆਰੀ ਛੋਟਾ ਜਿਹਾ ਪਿੰਡ, ਹਾਂਜੀ, ਇੱਕ ਪਰਾ ਨਾਲ ਮਾਨਾ ਚੱਕ ਹੈ, ਹਾਂਜੀ, ਇੱਕ ਆ ਸਾਧੋ ਕੀ ਹੈ, ਇੱਕ ਆ ਬੜਾ ਪਿੰਡ ਕੜਿਆਲ ਹੈ, ਸਹੀ। ਇੱਧਰ ਝੱਬਰ ਹੈ ਸ਼ੇਖਪੁਰ। ਇਹਦਾ ਜ਼ਿਲ੍ਹਾ ਕਿਹੜਾ? ਇਹਦਾ ਗੁਜਰਾਂਵਾਲਾ। ਤਹਿਸੀਲ ਵੀ ਨਸ਼ਹਿਰਾ? ਤਹਿਸੀਲ, ਸਹੀ ਹੋ ਗਿਆ। ਤੁਹਾਡਾ ਜਿਹੜਾ ਪਿੰਡ ਸੀ ਪਿਛਲਾ ਮਸਿੰਗਣ, ਉਹਦੇ ਵਿੱਚ ਕਿਹੜੇ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ? ਉਹਦੇ 'ਚ ਕੰਬੋ ਹੀ ਸਨ ਜ਼ਿਆਦਾ, ਹਾਂਜੀ, ਕੰਬੋ ਕੰਬੋ ਮੁਸਲਮਾਨ। ਅੱਛਾ, ਉਹਦਾ ਲੁਹਾਰ ਹੋ ਗਏ, ਫਕੀਰ ਹੋ ਗਏ, ਇਹ ਜਿਹੇ ਲੋਕ ਰਹਿੰਦੇ। ਸਿੱਖਾਂ ਦੇ ਘਰ ਬਣੀਆਂ ਬਣੀਆਂ ਵੀ ਹੈਗੇ ਸਨ, ਖੱਤਰੀ ਖੱਤਰੀ ਵਗੈਰਾ, ਉਹ ਦੁਕਾਨਾਂ ਦੁਕਾਨਾਂ ਵੀ ਕਰਦੇ। ਸਿੱਖ ਸਿੱਖ ਹੈ ਸਨ? ਸਿੱਖ ਨੇ, ਸਿੱਖ ਨਹੀਂ ਹੋਣਾ ਸਾਡੇ ਪਿੰਡ ਕੋਈ। ਪਿੰਡ ਦਾ ਲੰਬੜਦਾਰੀਆਂ ਕਿੰਨੀਆਂ ਸੀ? ਦੋ ਕਰੇ ਤਿੰਨ ਦਿਨ ਨਾਂ ਚੇਤਾ ਉਹਨਾਂ ਦੇ ਲੰਬੜਦਾਰਾਂ ਦੇ? ਇੱਕ ਦਾ ਨਾਂ ਯਾਦ ਨੇ, ਜਿਹਦਾ ਹੈ ਉਹ ਦੱਸੋ। ਆਦਰ ਰਜ਼ਾਕ ਇੱਥੇ ਬਹੁਤ ਹੋਇਆ। ਅੱਛਾ, ਐਸੇ ਪਿੰਡ ਦੇ ਵਿੱਚ? ਹਾਂ, ਨਾਲ ਹੀ ਆਇਆ ਸਾਡੇ ਕੰਬੋ ਬਰਾਦਰੀ ਦਾ ਸੀ। ਹਾਂ, ਕੰਬੋ ਬਰਾਦਰੀ, ਸਹੀ ਹੋ ਗਿਆ। ਉੱਥੋਂ ਦਾ ਕੋਈ ਜ਼ੈਲਦਾਰ ਵੀ ਆਇਆ ਸੀ? ਹਾਂ, ਹੈਗਾ। ਤੁਹਾਡੇ ਪਿੰਡ ਦਾ ਸੀ ਕਿ ਲਾਮ ਦੇ ਪਿੰਡ ਦਾ? ਸਾਡੇ ਪਿੰਡ। ਕੀ ਨਾਮ ਸੀ ਉਹਨਾਂ ਦਾ? ਮੈਂ ਭੁੱਲ ਗਿਆ ਯਾਰ, ਬੱਚਾ। ਅੱਛਾ ਅੱਛਾ, ਉਹ ਹੁਣ ਟਿੱਬੇ ਮੁਲਤਾਨ ਬੈਠੇ ਨੇ। ਅੱਛਾ, ਮੁਲਤਾਨ ਸਾਰਾ ਸਾਰਾ ਕੁਨ ਬਾਈ। ਅੱਛਾ ਅੱਛਾ, ਅਸੀਂ ਇੱਥੇ ਬੈਠੇ ਹਾਂ, ਉਹ ਟਿੱਬੇ ਮੁਲਤਾਨ ਬੈਠੇ ਨੇ। ਸਹੀ ਹੋ ਗਿਆ। ਅਤੇ ਪਿੰਡ ਦੇ ਵਿੱਚ ਸਕੂਲ ਹੈ ਸੀ? ਹਾਂ, ਪ੍ਰਾਇਮਰੀ ਹੁੰਦਾ ਸੀ ਉਦੋਂ, ਚਾਰ ਮਾਤਾਂ ਦਾ। ਤੁਸੀਂ ਜਾਂਦੇ ਰਹੇ ਸਕੂਲ? ਹਾਂ। ਕਿਹੜੇ ਕਿਹੜੇ ਬੱਚਿਆਂ ਦੇ ਨਾਂ ਚੇਤਾ ਨੇ ਜਿਹੜੇ ਨਾਲ ਪੜ੍ਹਦੇ ਸੀ? ਬਸ ਇੱਕੋ ਹੀ ਇੱਥੇ। ਕੀ? ਸਦੀਕ ਸਾਈ ਫਕੀਰ। ਅੱਛਾ, ਉਹ ਹੈ। ਟੀਚਰਾਂ ਦੇ ਨਾਂ ਪਤਾ ਨੇ? ਇੱਕ ਮਾਸਟਰ ਗਫੂਰ ਹੁੰਦਾ ਸੀ ਮੁਸਲਮਾਨ, ਉਹ ਯਾਦ ਨੇ। ਉਹ ਕਿੱਥੋਂ ਦੇ ਸਨ? ਉਹਦਾ ਨਹੀਂ ਪਤਾ ਕਿੱਥੋਂ ਦੇ। ਉਹ ਰਹਿੰਦਾ ਸਕੂਲ ਦੇ ਬਾਅਦ, ਬੱਚਿਆਂ ਦੇ ਸਕੂਲ ਦੇਖਦੇ ਨੇ ਦੂਰੋਂ ਆਏ। ਪਿੰਡ ਦੇ ਵਿੱਚ ਮਕਾਨ ਕੱਚੇ ਸੀ ਕਿ ਪੱਕੇ ਸੀ? ਪੱਕੇ, ਜ਼ਿਆਦਾਤਰ ਜ਼ਿਆਦਾਤਰ ਪੱਕੇ ਹੀ ਪੱਕੇ। ਤੁਹਾਡਾ ਪੱਕਾ ਮਕਾਨ ਸੀ? ਪੱਕਾ ਸੀ। ਕਿੰਨੇ ਕਮਰੇ ਸੀ ਤੁਹਾਡੇ ਘਰ ਦੇ? ਚਿਬਾਰੇ ਦੇ ਉੱਤੇ ਹੁੰਦੇ ਸਨ। ਅੱਛਾ, ਚਿਬਾਰੇ ਦੋ ਅਤੇ ਕਮਰਾ, ਦੋ ਕਮਰੇ, ਤਿੰਨ ਕਮਰੇ, ਚਾਰ, ਪੰਜ, ਪੰਜ ਅੱਗੇ ਦੋ ਬੈਠਕਾਂ, ਪੰਜ ਅਤੇ ਦੋ ਸੱਤ ਬੈਠਕਾਂ ਵੀ ਜਾਂਦੀਆਂ। ਅੱਛਾ, ਬੈਠਕਾਂ ਵੀ ਸੀ ਵਿੱਚ ਵਿਹੜਾ, ਫਿਰ ਸੈਰ ਰੋਟੀ ਪਕਾਉਣ ਦਾ ਵੱਖਰਾ। ਅੱਛਾ, ਇੰਨੇ ਸਹੀ ਹੋ ਗਿਆ। ਪਿੰਡ ਦੇ ਵਿੱਚ ਘਰ ਸੀ, ਘਰ ਕੇ ਲਾਮੇ ਸੀ ਸੈਂਟਰ, ਸੈਂਟਰ 'ਚ। ਤੁਹਾਡੇ ਨਾਲ ਕੋਈ ਯਾਦਗਾਰ ਹੈਗਾ, ਕੋਈ ਘਰ ਕੋਈ ਨਾਲ ਜੋ ਦੱਸ ਸਕਦੇ ਹੋ? ਨਾਲ ਕਿਹੜੇ ਕਿਹੜੇ ਘਰ ਸਨ, ਕੱਚੇ ਸਨ ਕਿ ਪੱਕੇ? ਪੱਕੇ ਹੀ ਸਨ ਨਾਲ ਵੀ। ਉਹ ਇਹ ਕੜੀਆਂ ਡੈਂਟਰ ਨਹੀਂ ਸੀ ਉੱਥੇ ਹੁੰਦੇ। ਅੱਛਾ, ਇਹ ਕੜੀਆਂ ਬਾਦੇ ਗੈਲਰੀ ਵਗੈਰਾ ਉਹ ਹੁੰਦੇ ਸੀ। ਸਹੀ ਹੋ ਗਿਆ। ਮਸਜਿਦ ਤੁਹਾਡੇ ਨਾਲ ਹੀ ਸੀ? ਹਾਂ, ਇੱਕ ਨਾਲ ਹੀ ਸੀ ਛੋਟੀ ਜਿਹੀ ਘਰ ਦੇ। ਇੰਨੀ ਕੁ ਦੂਜੀ ਨੂੰ ਆਪਾਂ ਟੁੱਟ ਕੇ ਆਏ। ਅੱਛਾ ਅੱਛਾ ਅੱਛਾ, ਬਜ਼ੁਰਗ ਹੁਣ ਇਹ ਦੱਸੋ ਕਿਵੇਂ ਦਾ ਬਚਪਨ ਗੁਜ਼ਰਿਆ ਤੁਹਾਡਾ ਉੱਥੇ? ਫਿਰ ਮੇਰਾ ਬਾਪ ਮੁਲਾਜ਼ਮ ਸੀ ਉੱਥੇ। ਕੀ ਕਰਦੇ ਸਨ? ਹਾਂ, ਨਹਿਰਾਂ ਦੇ ਉੱਥੇ ਪਾਣੀ ਨਹੀਂ ਘੱਟ ਵੱਧ ਕਰਦੇ। ਹਾਂਜੀ, ਉਹ ਸੀ। ਫਿਰ ਮੇਰਾ ਬਾਪ ਮੈਨੂੰ ਉੱਥੋਂ ਲੈ ਗਿਆ ਸੀ। ਕਿੱਥੇ ਲੈ ਗਏ ਸੀ? ਉੱਥੇ ਬੰਗਲੇ 'ਚ, ਨਹਿਰ ਦੇ ਬੰਗਲੇ ਹੁੰਦੇ ਨੇ। ਅੱਛਾ, ਉੱਥੇ ਲੈ ਗਿਆ ਸੀ। ਫਿਰ ਉੱਥੇ ਮੈਂ ਫਿਰ ਤੀਸਰੀ ਵਰਤਦਾ ਰਿਹਾ। ਫਿਰ ਉਜਾੜੇ ਪੈ ਗਏ, ਸਿੱਖ ਵੱਢਣ ਲੱਗ ਪਏ। ਉੱਥੋਂ ਫਿਰ ਉੱਧਰ ਕੇ ਸ਼ਹਿਰ ਸਮਾਣਾ ਸੀ। ਤੁਹਾਡੇ ਪਿੰਡ ਹਮਲਾ ਹੋਇਆ ਸੀ? ਹਾਂ, ਸਾਡੇ ਪਿੰਡ ਹੋਇਆ, ਪਰ ਅਸੀਂ ਨਹੀਂ ਸੀ ਉੱਥੇ ਉਸ ਟਾਈਮ। ਤੁਸੀਂ ਕਿੱਥੇ ਸੀ? ਅਸੀਂ ਆਪਣੇ ਬੰਗਲੇ 'ਚ ਆ ਗਏ ਸਾਂ, ਨੌਕਰੀ 'ਤੇ ਸੀ ਨਾ ਵਾਲਦ ਸਾਹਿਬ। ਹਾਂਜੀ, ਅਤੇ ਉੱਥੋਂ ਫਿਰ ਵੱਢ ਕੇ ਸਿੱਖ ਲੈ ਛੁੱਟਦੇ ਆ ਕੋਈ, ਬਾਲ ਬੱਚਾ ਲੈ ਕੇ ਸਾਨੂੰ ਉੱਥੇ ਇੱਕ ਸ਼ਹਿਰ ਸੀ ਲਾਗੇ ਕੋਈ 10 ਕੁ ਮਿੰਟ, ਉਹਦਾ ਨਾਂ ਸੀ ਸ਼ਹਿਰ ਸਮਾਣਾ। ਅੱਛਾ, ਸਮਾਣਾ, ਉੱਥੇ ਆ ਗਿਆ। ਅਤੇ ਪਿੰਡ ਦੇ ਵਿੱਚ ਵਾਹਵਾ ਲੋਕ ਮਰੇ ਸਨ? ਹਾਂ, ਸੁਣਿਆ, ਅਸੀਂ ਨਹੀਂ ਸੀ ਉੱਥੇ। ਤੁਸੀਂ ਪਹਿਲਾਂ ਨਿਕਲ ਆਏ? ਅਸੀਂ ਪਹਿਲਾਂ ਆ ਗਏ ਪਿੰਡੋਂ, ਅਸੀਂ ਆ ਗਏ ਸਾਂ ਉੱਥੇ ਬੰਗਲੇ, ਫਿਰ ਸਮਾਣੇ ਸ਼ਹਿਰ 'ਚ ਆ ਗਏ ਸਾਂ। ਅੱਛਾ, ਉੱਥੇ ਰਿਆਸ ਪਟਿਆਲੇ।
ਨਹੀਂ ਜਿਹੜੇ ਉੱਥੇ ਦੇ ਲੋਕ ਤੁਹਾਨੂੰ ਮਿਲੇ ਹੋਣੇ ਉਹਨਾਂ ਨੇ ਦੱਸਿਆ ਨਹੀਂ ਕਿ ਕੀ ਹੋਇਆ ਉੱਥੇ ਪਿੰਡ ਦੇ ਵਿੱਚ? ਆ ਕਤਲੇਆਮ ਬੜਾ ਹੋਇਆ, ਹਮਲਾ ਕੀਤਾ ਸਿੱਖਾਂ ਨੇ, ਹਾਂ ਸਿੱਖਾਂ ਫੌਜ ਆਈ ਸੀ, ਫੌਜ ਆਈ 500 ਫੌਜ, ਬਾਕੀ ਸਿੱਖ ਬਸੀਆਂ ਘੁਆਲੀਆਂ ਲੈ ਕੇ ਆਏ। ਇਹ ਸੁਣਿਆ ਮੈਂ ਸੀ ਨਹੀਂ, ਸੋ ਸਾਡੇ ਦਾਦੇ ਦੋ ਚਾਚਿਆਂ ਤੋਂ ਸੁਣਿਆ, ਉਹ ਹੈਗੇ ਸੰਤ। ਅੱਛਾ ਫਿਰ ਤੁਸੀਂ ਮਸਿੰਗਨ ਤੋਂ ਉੱਥੇ ਸ਼ਹਿਰ ਨਿਕਲ ਗਏ? ਹਾਂ ਸਮਾਣਾ ਸ਼ਹਿਰ ਦਾ। ਉੱਥੇ ਕਿੰਨੇ ਦਿਨ ਰਹੇ? ਉੱਥੇ ਰਹੇ ਮਹੀਨੇ ਡੂੜ ਕੁ, ਡੇਢ ਮਹੀਨਾ ਰਹੇ। ਤੁਹਾਡੇ ਘਰ ਦੇ ਸਾਰੇ ਜੀ ਚਲੇ ਗਏ ਸੀ ਤੁਹਾਡੇ ਨਾਲ? ਉਹ ਮੇਰੇ ਵਾਲਦਾ ਸੀ, ਮੇਰੇ ਵਾਲ ਸੀ, ਹਾਂਜੀ, ਇੱਕ ਮੇਰੀ ਭੈਣ ਸੀ, ਇੱਕ ਹੋਰ ਸੀ ਭੈਣ ਦੇ, ਬਸ ਸਹੀ ਇਹਨੇ ਵੀ। ਅਤੇ ਉਸ ਤੋਂ ਬਾਅਦ ਤੁਸੀਂ ਕਿਵੇਂ ਆਏ ਇੱਥੇ? ਫਿਰ ਉੱਥੇ ਗੱਡੇ ਜੋੜੇ ਆਪਣੇ ਲੋਕਾਂ ਨੇ, ਗੱਡੇ ਜੋੜ ਕੇ ਨਾ, ਹਾਂਜੀ, ਉਹਨਾਂ ਸਮਾਨ ਰੱਖ ਕੇ ਕਾਫਲਾ ਚੱਲਦਾ ਸੀ ਰੋਜ਼, 20 ਮੀਲ, 15 ਮੀਲ, 18, ਉਹ ਫਿਰ ਕੈਂਪ ਲੱਗਦਾ ਸੀ ਉੱਥੇ ਸੁਬਹਾ, ਫਿਰ ਚੱਲ ਪੈਂਦੇ ਸਨ। ਤੁਸੀਂ ਰਸਤੇ 'ਚ ਕੀ ਵੇਖਿਆ? ਰਸਤੇ 'ਚ ਬਸ ਕੈਂਪ ਦਾ ਲੱਗ ਜਾਂਦਾ ਸੀ, ਰੋਟੀਆਂ ਪਕਾਈਆਂ ਖਾ ਕੇ ਪੈਦਲ ਪੈ ਜਾਂਦੇ ਸਨ। ਤੁਰਦੇ ਆਉਂਦੇ ਸੀ ਗੱਡਿਆਂ ਦੇ ਉੱਤੇ ਹੀ, ਥੱਕ ਕੇ ਗੱਡੇ 'ਤੇ ਬਹਿ ਕੇ ਅਸੀਂ ਟੁਰਦੇ ਵੀ ਆਏ। ਸਹੀ ਹੋ ਗਿਆ, ਹਮਲਾ ਤਾਂ ਨਹੀਂ ਕੀਤਾ ਕਿਤੇ ਰਸਤੇ ਦੇ ਵਿੱਚ ਤੁਹਾਡੇ ਤੇ? ਫੌਜ ਨਾਲ ਸੀ, ਅੱਛਾ ਫੌਜ ਆਈ, ਪਹਿਲਾਂ ਸਿੱਖਾਂ ਦੀ ਫੌਜ ਚਲੀ ਸਾਡੇ ਨਾਲ ਪਟਿਆਲੇ ਦੀ, ਹਾਂਜੀ, ਫਿਰ ਗੋਰਖੇ ਕਹਿੰਦੇ ਸਨ, ਗੋਰਖੇ, ਹਾਂਜੀ ਗੋਰਖੇ, ਗੋਰਖੇ ਉਹ ਵੀ ਚਲੇ ਸਾਡੇ ਨਾਲ, ਫਿਰ ਮੁਸਲਮਾਨ ਇਲਾਕਾ ਆ ਗਿਆ ਨਾ ਨੇੜੇ, ਹਾਂਜੀ, ਗੁਰਦਾਸਪੁਰ ਦਾ ਨੇੜੇ, ਫਿਰ ਇਹ ਫਿਰ ਮੁਸਲਮਾਨ ਵੀ ਚਲੇ ਸਾਡੇ ਨਾਲ। ਤੁਹਾਡੇ ਕਿੰਨੀ ਕੁ ਜ਼ਮੀਨ ਸੀ ਉੱਥੇ? ਮੇਰੇ ਦਾਦੇ ਦੀ ਸੀ, ਚੜਦੇ ਪਾਸੇ ਸੀ। ਯਾਦ ਆ ਕਦੀ ਗਏ ਸੀ ਉੱਥੇ? ਰੋਜ਼ ਜਾਈਦਾ ਸੀ, ਖੂਹ ਲੱਗਾ ਸੀ ਉੱਥੇ? ਹਾਂ ਖੂਹ ਸੀ, ਟਿੰਡਾ ਵਾਲਾ, ਡਾਚੀ ਜੋੜ ਦਿੰਦੇ। ਅੱਛਾ ਅੱਛਾ, ਅੰਬ ਸੀ, ਜਾਮਣ ਸੀ, ਸਭ ਕੁਛ, ਕਮਾਲ ਕੂਦ। ਪਿੰਡੋਂ ਕਿੰਨਵਾਂ ਕੁ ਹਟਵਾਂ ਸੀ? ਪਿੰਡੋਂ ਇੰਨੀ ਕੁ ਦੂਰ, ਖੜਿਆਰ ਦੂਰ ਹੈ, ਅੱਛਾ ਨੇੜੇ ਹੀ ਸੀ। ਅੱਛਾ ਨੇੜੇ ਸੀ, ਸਹੀ ਹੋ ਗਿਆ। ਹੁਣ ਕਦੀ ਚੇਤਾ ਆਇਆ ਪਿੰਡ ਆਪਣਾ ਹੈ? ਅੱਖਾਂ ਦੇ ਸਾਹਮਣੇ ਯਾਦ ਤਾਂ ਆਉਂਦਾ, ਜਿੱਥੇ ਜਿੱਥੇ ਸਮਾਣੇ ਦੀ ਰਹੇ ਅਸੀਂ, ਹਜੇ ਉਹ ਬੰਗਲੇ ਦੀ ਨੌਕਰੀ ਕਰਦਾ ਸੀ, ਕੋਲ ਹੀ ਬੰਗਲਾ, ਪਿੰਡ ਦੇ ਕੋਲ ਹੀ ਸੀ, ਦੂਰ ਦੂਰ ਸੀ ਬਹੁਤ। ਅੱਛਾ ਦੂਰ ਸੀ, ਅਸੀਂ ਬਚ ਗਏ ਨਹੀਂ, ਸਾਨੂੰ ਵੱਢ ਕੇ ਕਿਸੇ ਨੇ ਨਹਿਰੇ ਰੋੜ ਦੇਣਾ, ਇੱਦਾਂ ਉਹਦਾ ਨਿਕਲ ਨਹੀਂ ਸ਼ਹਿਰ 'ਚ ਭੱਜਿਆ। ਸਹੀ ਸਹੀ ਸਹੀ, ਅਤੇ ਬਾਕੀ ਪਿੰਡ ਵਾਧੋਂ ਉੱਠਿਆ ਸੀ? ਹੈਂ, ਪਿੰਡ ਤਾਂ ਉੱਥੋਂ ਉੱਠਿਆ, ਅਸੀਂ ਸ਼ਹਿਰ ਦੇ ਨਾਲ ਆਏ। ਅੱਛਾ ਤੁਹਾਡੇ ਰਿਸ਼ਤੇਦਾਰ ਜਿਹੜੇ ਸੀ ਉਹ ਇੱਥੇ ਆ ਕੇ ਬੈਠੇ ਆ ਇਸ ਪਿੰਡ ਦੇ ਵਿੱਚ? ਹਾਂ ਕਈ ਬੈਠੇ ਤੇ ਕਈ ਨਹੀਂ। ਉਹਨਾਂ ਨੇ ਦੱਸਿਆ ਤੁਹਾਨੂੰ ਕਿ ਕੀ ਹੋਇਆ ਬਾਦੋਂ ਤੁਸੀਂ ਜਦੋਂ ਆ ਗਏ? ਆਹੋ ਸਾਰੀ ਦਾਦਾ ਦਾਦੀ ਸਾਰੇ ਨਾਲ ਆ, ਉਹਨਾਂ ਦੱਸਿਆ ਨਾ। ਕੀ ਦੱਸਦੇ ਸੀ? ਵੀ ਫੌਜ ਵੀ ਸੀ, ਸਿੱਖਾਂ ਚੜੀ ਨਾਲ, ਕੀ ਨਾਲ ਇਹਦਾ ਸਿੱਖਾਂ ਦੇ ਮੁੰਡੇ ਬਸੀਆਂ ਘੁਆਲੀਆਂ ਵਾਲੇ, ਉਹ ਵੀ ਯਾਦ ਆ। ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ ਪਿੰਡ ਦੇ ਵਿੱਚ? ਲੱਗਦਾ। ਕਿਹੜੀ ਸਾਈਡ 'ਤੇ ਲੱਗਦਾ ਸੀ? ਹੈ ਜਾਂਦੇ ਰਹੇ ਤੁਸੀਂ? ਹਾਂ ਦੇਖਿਆ ਨਾ, ਜੋਗੀ ਸ਼ਾਹ ਕਹਿੰਦੇ ਨਾ ਜਿਹਦਾ ਮੇਲਾ ਸੀ, ਹਾਂ ਕੁਆਡੀ ਕੁਡੀ ਵੀ ਹੁੰਦੀ ਸੀ। ਅੱਛਾ ਅੱਛਾ ਅੱਛਾ, ਕਬੱਡੀ ਸ਼ਬੱਡੀ ਵੀ ਹੁੰਦੀ ਸੀ, ਘੋਲ ਸ਼ੋਲ? ਹਾਂ ਕੁਡੀ ਕੁਡੀਆਂ ਹੁੰਦੀ ਹੁੰਦੀ। ਠੀਕ ਹੈ ਬਜ਼ੁਰਗੋ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।